झूठ ते झूठ, झूठ ते झूठ, बार बार झूठ बोली जाते हैं। सियाने कहिंदे जो 100 झूठ बोलो तो सच लगन लग जाता। आम लोगों नूं गुमराह करन ते लगे, असलियत लुको के अपनियां कमजोरियां लुको के। कैप्टन अमरिंदर सिंह अपनी कमजोरी लुको रहा है कि मैं कोई थर्मल प्लांट नहीं लाया, मैं कोई अपग्रेड नहीं किया। अज मैं एक अखबार की एडवर्टाइजमेंट आई है नवा नरोआ पंजाब, जिथे कैप्टन ने कहा कि 220 किलो मेगावाट दे 220 दे ट्रांसफॉर्मर, 220 दे ट्रांसफॉर्मर असी तकरीबन 200 लाए है। मैं चेयरमैन बिजली बोर्ड नूं पुछया, मैं कह रहा की है, कहिंदा जी पंजाब विच 220 पूरे पंजाब च ही है नहीं, ते फिर असी इश्तिहार किस वास्ते कढ़िया। कैप्टन नूं पता ही नहीं कि हो की रहा थले, महकमे नूं पता नहीं। आ तां हालात अज होई है पंजाब दे विच, बिजली दे हालात की हन ये सारे जानते हैं। विरोधी पार्टियां वालों भी इस मुद्दे ते सरकार नूं घेरिया गया, कई थावां ते कट लगते नज़र आ रहे हैं। इस दे विच पंजाब सरकार अखबारों दे विच इश्तिहार दिंदी है कि असी ये कम अपनी सरकार वेले बिजली नूं लैके कीते हन। तां अकाली दल दे प्रधान सुखबीर सिंह बादल वालों भी आरोप लाए गए कि जो कुछ इश्तिहार दे जरिए सरकार दसना चाहुंदी है वह सब कुछ झूठ है। तो साडे नाल गलबात करन वास्ते डॉक्टर दलजीत सिंह चीमा भी मौजूद हैं। चीमा साहब, नवां नरोआ पंजाब की गल सरकार करदी नज़र आ रही है, करोड़ों रुपए की ऐड की गई है, तुहानू ये ऐड दे विच की कुछ दिखिया? देखो गल ये है कि इस सरकार नू कख नहीं पता कि साडा सिस्टम थले किवें चल रहा। जिन्नी हाहाकार बिजली की हुण मची है, ਇਹ ਸੂਬਾ ਜਿਹਨੂੰ ਅਸੀਂ ਪਾਵਰ ਸਰਪਲਸ ਕਰਕੇ ਚਲਾ ਕੇ ਛੱਡ ਕੇ ਗਏ ਸੀ, ਅੱਜ ਨਾ ਟਿਊਬਲਾਂ ਵਾਸਤੇ ਪੂਰੀ ਬਿਜਲੀ, ਨਾ ਘਰਾਂ ਵਾਸਤੇ, ਨਾ ਦੁਕਾਨਾਂ ਵਾਸਤੇ, ਅਤੇ ਇੰਡਸਟਰੀ ਨੂੰ ਹਫ਼ਤੇ ਦੇ ਦੋ ਦੋ ਦਿਨ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਜੀ। ਔਰ ਟੋਟਲੀ ਮਿਸਮੈਨੇਜਮੈਂਟ ਹੈ, ਕਿਉਂਕਿ ਕੋਈ ਨਾ ਮੰਤਰੀ ਦਫ਼ਤਰਾਂ 'ਚ ਬੈਠਦਾ ਹੈ, ਨਾ ਕੋਈ ਚੇਅਰਮੈਨ ਦਫ਼ਤਰਾਂ 'ਚ ਬੈਠਦਾ ਹੈ, ਨਾ ਕੋਈ ਅਫਸਰ ਦਫ਼ਤਰਾਂ ਦੇ ਵਿੱਚ ਬੈਠ ਗਿਆ, ਅਤੇ ਲੋਕਾਂ ਦੀ ਸੁਣਵਾਈ ਕਰਨ ਵਾਲਾ ਕੋਈ ਸਿਸਟਮ ਨਹੀਂ। ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਖਰੀਦ ਕੇ ਰੱਖਣੀਆਂ, ਕਿ ਜੇ ਟਰਾਂਸਫਾਰਮਰ ਸੜ ਜਾਂਦਾ ਤਾਂ ਇਮੀਡੀਏਟਲੀ ਰਿਪਲੇਸ ਹੋਣਾ ਚਾਹੀਦਾ, ਜੇ ਖੰਭੇ ਦੀ ਪ੍ਰੋਬਲਮ ਆ ਜਾਂਦੀ ਇਮੀਡੀਏਟਲੀ ਖੰਭਾ ਮਿਲਣਾ ਚਾਹੀਦਾ, ਜੇ ਤਾਰ ਦੀ ਲੋੜ ਪਵੇ ਕਿਤੇ ਹਨੇਰੀ ਕਰਕੇ ਤਾਂ ਇਮੀਡੀਏਟਲੀ ਤਾਰ ਅਵੇਲੇਬਲ ਹੋਣੀ ਚਾਹੀਦੀ ਹੈ। ਸਾਰੇ ਇਹਨਾਂ ਦੇ ਸਟੋਰ ਚੈੱਕ ਕਰ ਲਓ, ਕਿਤੇ ਰਿਪੇਅਰ ਵਾਸਤੇ ਜੋ ਜ਼ਰੂਰੀ ਸਮਾਨ ਖਰੀਦ ਕੇ ਰੱਖਣਾ ਹੁੰਦਾ ਕਿਤੇ ਵੀ ਪੰਜਾਬ ਦੇ ਵਿੱਚ ਨਹੀਂ ਮਿਲਦਾ। ਦੂਜੀ ਗੱਲ ਹੈ ਸਟਾਫ ਦੀ ਬਹੁਤ ਵੱਡੀ ਘਾਟ ਹੈ, ਝੂਠੇ ਇਸ਼ਤਿਹਾਰ ਦੇਣ ਦਾ ਕੀ ਫਾਇਦਾ, ਕੰਪਲੇਂਟ ਲਿਖਾ ਕੇ ਲੋਕ ਬੈਠੇ ਰਹਿੰਦੇ, ਕੋਈ ਰਿਪੇਅਰ ਵਾਲਾ ਬੰਦਾ ਨਹੀਂ ਲੱਭਦਾ। ਕਿੰਨੀਆਂ ਕਿੰਨੀਆਂ ਸਬ ਸਟੇਸ਼ਨਾਂ ਜਾ ਕੇ ਦੇਖ ਲਓ ਜਿੱਥੇ ਤੁਹਾਨੂੰ ਜੇਈ ਪੱਧਰ ਦਾ ਅਧਿਕਾਰੀ ਵੀ ਨਹੀਂ ਲੱਭਦਾ, ਲਾਈਨਮੈਨ ਤੱਕ ਵੀ ਨਹੀਂ ਲੱਭਦਾ। ਇੱਕ ਇੱਕ ਜੇਈ ਨੂੰ ਕਈ ਕਈ ਜਿਹੜੀਆਂ ਉਹ ਸਬ ਡਿਵੀਜ਼ਨਾਂ ਦੇ ਨਾਲ ਉੱਧਰ ਕੰਮ ਕਰਨਾ ਪੈਂਦਾ ਕਈ ਸਬ ਸਟੇਸ਼ਨਾਂ ਦੇ ਨਾਲ। ਇਸ ਕਰਕੇ ਝੂਠੇ ਜਿਹੜੇ ਇਸ਼ਤਿਹਾਰਾਂ 'ਤੇ ਪੈਸੇ ਖਰਚਦੇ ਹੋ, ਥੋੜ੍ਹਾ ਬਹੁਤਾ ਬਿਜਲੀ ਦਾ ਸਮਾਨ ਖਰੀਦ ਲਓ। ਕੋਈ ਨਾ ਕੋਈ ਹਲ ਸੁਧਾਰ ਲਿਖੀ ਜਾਂਦੇ ਕਿ 5 ਰੁਪਏ ਇੰਡਸਟਰੀ ਨੂੰ ਬਿਜਲੀ ਦਿੰਦੇ ਆ, ਪਹਿਲੀ ਗੱਲ ਤਾਂ ਬਿਜਲੀ ਦਿੰਦੇ ਕਿੱਥੇ ਹੋ, ਹਫ਼ਤੇ 'ਚ ਦੋ ਦੋ ਤਿੰਨ ਤਿੰਨ ਦਿਨ ਕੱਟ ਲਾ ਤੇ। ਅਤੇ ਕਿਹੜਾ ਇੰਡਸਟਰੀਅਲਿਸਟ ਆ ਜਿਹੜਾ ਇਹ ਮੰਨਣ ਨੂੰ ਤਿਆਰ ਹੈ ਪੰਜਾਬ ਦੇ ਵਿੱਚ ਕਿ 5 ਰੁਪਏ ਯੂਨਿਟ ਬਿਜਲੀ ਮਿਲਦੀ? ਕੋਰਾ ਝੂਠ ਹੀ ਹੈ ਨਾ। ਇਸ ਕਰਕੇ ਇਹਨਾਂ ਨੂੰ ਤਾਂ ਇੱਕੋ ਹੀ ਹੈ ਵੀ ਝੂਠ ਬੋਲੋ, ਵਾਰ ਵਾਰ ਬੋਲੀ ਜਾਓ, ਅਤੇ ਲੋਕਾਂ ਨੂੰ ਕੁਛ ਨਾ ਕੁਛ ਲੋਕਾਂ ਨੂੰ ਤਾਂ ਜਚਾ ਦਿਓ ਕਿ ਅਸੀਂ ਠੀਕ ਕਰਦੇ ਹਾਂ। ਪਰ ਮੈਂ ਸਮਝਦਾ ਕਿ ਹੁਣ ਬਠਿੰਡਾ ਥਰਮਲ ਪਲਾਂਟ ਬਾਰੇ ਕਈ ਕੁਛ ਲਿਖੀ ਜਾਂਦੇ, ਅਤੇ ਸਾਰੀ ਦੁਨੀਆਂ ਨੂੰ ਪਤਾ ਵੀ ਬਠਿੰਡਾ ਥਰਮਲ ਪਲਾਂਟ ਤੁਸੀਂ ਬੰਦ ਕਰ ਦਿਓ, ਅਤੇ ਇਸ਼ਤਿਹਾਰ ਦੇ ਵਿੱਚ ਲਿਖੀ ਜਾਂਦਾ ਵੀ ਹੋਰ ਕਿਰਤੀਆਂ ਦੀ ਲੋੜ ਹੈ, ਬਿਜਲੀ ਉਤਪਾਦਨ ਦੀ ਵੱਧ ਕੀਮਤ ਹੈ, ਉਤਸਾਹ ਸੁਭਾ ਬੰਦ ਕਰ ਦਿੱਤਾ ਤੁਸੀਂ, ਹਾਲੇ ਕਿ ਉਹਨੂੰ ਤੁਸੀਂ ਚਲਾ ਸਕਦੇ ਸੀ, ਬੜੀ ਚੰਗੀ ਹਾਲਤ ਦੇ ਵਿੱਚ ਸੀ, ਲੋੜ ਚਾਹੁੰਦੇ ਤਾਂ ਥੋੜ੍ਹਾ ਬਹੁਤਾ ਉਹਨੂੰ ਅਪਗ੍ਰੇਡ ਕਰ ਸਕਦੇ ਸੀ ਮਾਡਰਨ ਟੈਕਨੋਲੋਜੀ ਨਾਲ। ਆਪਣੇ ਜਿਹੜੇ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਸੀ ਤੁਸੀਂ ਬੰਦ ਕਰ ਦਿੱਤੇ ਜ਼ਮੀਨਾਂ ਵੇਚਣ ਦੇ ਲਾਲਚ ਦੇ ਵਿੱਚ, ਅਤੇ ਪ੍ਰਾਈਵੇਟ ਸੈਕਟਰ ਦੇ ਜਿਹੜੇ ਹੈਗੇ ਆ ਉਹ ਹੁਣ ਸਾਰੀ ਲੋੜ ਨਹੀਂ ਪੂਰੀ ਕਰ ਪਾ ਰਹੇ, ਅਤੇ ਰੌਲਾ ਤੁਸੀਂ ਲੋਕਾਂ ਨੂੰ ਕਦੀ PPA ਦਾ ਕਦੀ ਕਿਸੇ ਚੀਜ਼ ਦਾ ਉਹਨਾਂ ਦਾ ਪਾਈ ਜਾਂਦਾ। ਇਹ ਇਸ਼ਤਿਹਾਰ ਕਿਸ ਗੱਲ ਦੇ? ਤੁਹਾਨੂੰ ਲੱਗਦਾ ਕਿ ਇੱਕ ਪਾਸੇ ਵਿੱਤ ਮੰਤਰੀ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਖਜ਼ਾਨਾ ਖਾਲੀ ਹੈ, ਅਤੇ 1 ਕਰੋੜ ਰੁਪਏ ਇਹਦੇ 'ਤੇ ਖਰਚ ਦੇਣਾ ਜਦੋਂ ਬਿਜਲੀ ਦੇ ਹਾਲਾਤ ਇੰਨੇ ਖਰਾਬ ਨੇ? ਨਹੀਂ, ਮੈਂ ਤਾਂ ਕਹਿੰਦਾ ਕਿ ਕਿਸੇ ਤਰੀਕੇ ਵੀ ਵਾਜਬ ਨਹੀਂ। ਇਹਨਾਂ ਦਾ ਰੀਜ਼ਨ ਦੇਖੋ ਨਾ, ਹੁਣ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਦਾ ਬੰਦ ਹੋਣਾ, ਹਾਂਜੀ, ਪੁਰਾਣੇ ਡਿਜ਼ਾਈਨ ਅਤੇ ਪੁਰਾਣਾ ਡਿਜ਼ਾਈਨ ਕੀ ਠੀਕ ਨਹੀਂ ਹੋ ਸਕਦਾ? ਜਗ੍ਹਾ ਤਾਂ ਹੈਗੀ ਹੈ, ਬਿਲਡਿੰਗਾਂ ਹੈਗੀਆਂ, ਸਟਾਫ ਦੇ ਘਰ ਹੈਗੇ ਆ, ਸਾਰੇ ਤੁਹਾਡੇ ਪਲਾਂਟ ਦੀ ਟੋਟਲੀ ਬਾਕੀ ਇਨਫਰਾਸਟ੍ਰਕਚਰ ਹੈਗਾ, ਅਤੇ ਇਕੱਲੀ ਮਸ਼ੀਨਰੀ ਹੈ ਨਾ, ਅਤੇ ਤੁਸੀਂ ਇੰਨਾ ਲਿਖ ਕੇ ਕਿ ਪੁਰਾਣਾ ਡਿਜ਼ਾਈਨ ਹੈ, ਅਤੇ ਪੁਰਾਣੀਆਂ ਤਾਂ ਚੀਜ਼ਾਂ ਹੁੰਦੀਆਂ ਨੇ, ਸਮੇਂ ਨਾਲ ਟੈਕਨੋਲੋਜੀ ਇੰਪਰੂਵ ਕਰਦੀ ਹੈ, ਤੁਸੀਂ ਅਪਗ੍ਰੇਡ ਕਰਨ ਦਾ ਉਹਦਾ
हले पिछे काफ़ी वड्डा अमाउंट ला के उन्हू जिहड़ा है बैटर किया गया इन्ना खर्चा करके उन्हू चलाओ संकट दे विच एड्डी महंगी बिजली खरीदते पे हो तो अपना थर्मल प्लांट जिहड़ा जिहड़ा होर कितियां दी लोड़ ये दसो नुकसान जिहड़ी मैं गल करें भर्ती तुसीं करदे नहीं टाइम सिर तो किरती रिटायर होणगे तो खाली हो जाणगे तो बठिंडा थर्मल प्लांट बंद करन दा कारण की है होर कितियां दी लोड़ बिजली उत्पादन की वध कीमत तो बिजली तो मिलती नहीं पई तुसीं जिवें पैदा कर सकते हो घट्टो घट्ट पैदा तो करो जे तुहानूं कीमत माड़ी जी वध लगी तो तुसीं बंद करता तो कहिंदे हो तुसीं प्राइवेट की वध महंगी आउंदी है तो बंद बंद तुसीं सरकारी करी जांदे हो सरकारी थर्मल प्लांट बंद कर रहे हो यह लिख के कि बिजली की कीमत उत्पादन की वध आ तो दोष प्राइवेटां ते लाई जांदे हो भी महंगे एग्रीमेंट करते तो लिखी अपने तो जाते हो कि साड़ी महंगी पैंदी है ठीक है ना उच्च सांभ संभाल की लागत उच्च सांभ संभाल की लागत की मतलब कि तुसीं उन्हूं मेनटेनेंस वास्ते भी पैसा नहीं दे सकते जे प्लांट लग्या सी पिछला तो उन्हूं असीं सांभ संभाल नहीं कर सकते उसकी मेनटेनेंस वास्ते असीं पैसे नहीं दे सकते तो प्लांट असीं बंद करते जिहड़ी सरकार बनी चीज़ नूं मेनटेन नहीं कर सकती दसो उन्हूं की कहोगे आ इश्तिहार आ जो तुसीं दस रहे हो कारण ठीक है ना इह तां किन्ना पैसा तुसीं वेस्ट कीता ते आ झूठियां गल्लां लिखण वास्ते बिल्कुल डॉक्टर दलजीत सिंह चीमा साढ़े नाल सी उन्हां दा कहना सी कि इश्तिहार दे के करोड़ां रुपया खर्च किया जा रहा है पर इश्तिहारां दे जरिए सिर्फ कोरा झूठ बोलिया जा रहा है ईटीवी भारत वास्ते नवीन कुमार